ਆ ਫੜ 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 ਤੂੰ ਆ ਪਹਿਲਾਂ ਇਹਨਾਂ ਦਾ ਲੈ ਲਓ ਸਾਰੇ ਸਿੰਘਾਂ ਦਾ ਠੀਕ ਪਹਿਲਾਂ ਪ੍ਰਸ਼ਾਸਨ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਿੱਖ ਨੌਜਵਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਵਾ ਇੱਥੇ ਵਿਰੋਧ ਕੀਤਾ ਜਾ ਰਿਹਾ ਗੁਰਦਾਸ ਮਾਨ ਨਾਂ ਦੇ ਸਿੰਗਰ ਦਾ, ਭਗਤ ਪੂਰਨ ਸਿੰਘ ਜੀ ਦੀ ਯਾਦ ਦੇ ਵਿੱਚ ਇੱਕ ਗੇਟ ਬਣਾਇਆ ਗਿਆ ਵਾ ਜਿਹਦਾ ਅੱਜ ਉਦਘਾਟਨ ਆ। ਬਹੁਤ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਵਾ ਜਿਹਦੇ ਵੱਲੋਂ ਵੀ ਕੀਤਾ ਗਿਆ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ। ਪਰ ਗੁਰਦਾਸ ਮਾਨ ਨਾਂ ਦੇ ਸਿੰਗਰ ਦੇ ਵੱਲੋਂ ਉਦਘਾਟਨ ਕਰਾਇਆ ਜਾਣਾ ਜਾਂ ਉਹਨੂੰ ਇੱਥੇ ਬੁਲਾਇਆ ਜਾਣਾ ਕਿਤੇ ਨਾ ਕਿਤੇ ਦੀ ਸ਼ਖਸੀਅਤ ਆ ਉਹਦੇ, ਮੈਨੂੰ ਲੱਗਦਾ ਉਹਨੂੰ ਢਾਲ ਆਉਣਾ, ਕਿਉਂਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਗੁਰਦਾਸ ਮਾਨ ਇੱਕ ਹੰਕਾਰਿਆ ਹੋਇਆ ਬੰਦਾ ਜਿਹਨੇ ਪਿਛਲੇ ਦਿਨੀ ਪੰਜਾਬੀ ਭਾਸ਼ਾ ਦੇ ਪ੍ਰਤੀ ਬੜੀ ਮੰਦੀ ਭਾਸ਼ਾ, ਪੰਜਾਬੀਆਂ ਪ੍ਰਤੀ ਬੜੀ ਮੰਦੀ ਭਾਸ਼ਾ ਬੋਲੀ ਸੀ। ਮਾਫ਼ੀ ਮੰਗਣ ਦੀ ਬਜਾਏ ਉਹਦੇ ਵੱਲੋਂ ਆਪਣੇ ਹੰਕਾਰ ਭਰੇ ਲਹਿਜੇ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸਨ ਉਹ ਆਪਾਂ ਸਾਰੇ ਹੀ ਜਾਣਦੇ ਹਾਂ, ਅਤੇ ਉਹਦਾ ਵਿਰੋਧ ਆਪਾਂ ਸਾਰਿਆਂ ਪੰਜਾਬੀਆਂ ਨੇ ਡਟ ਕੇ ਕੀਤਾ ਸੀ। ਹਰ ਜਗ੍ਹਾ 'ਤੇ ਉਹਦੇ ਪ੍ਰੋਗਰਾਮ ਕੈਂਸਲ ਹੋਏ ਨੇ, ਜਿੱਥੇ ਰਾਜਪੁਰੇ ਉਹਦਾ ਸ਼ੋਅ ਸੀਗਾ ਹੋਰ ਦੋ ਤਿੰਨ ਥਾਵਾਂ 'ਤੇ ਉਹਦੇ ਸ਼ੋਅ ਕੈਂਸਲ ਪੰਜਾਬੀਆਂ ਨੇ ਕਰਵਾਏ। ਅੱਜ ਅਸੀਂ ਇੱਥੇ ਵਿਰੋਧ ਕਰਦਾ, ਸਾਡਾ ਜਿਹੜਾ ਮਕਸਦ ਆ ਉਹਨੂੰ ਇਹ ਦਿਖਾਉਣਾ ਵਾ ਵੀ ਪੰਜਾਬੀਆਂ ਦੀ ਜ਼ਮੀਰ ਜਾਗਦੀ ਆ, ਸੁੱਤੀ ਨਹੀਂ, ਅਸੀਂ ਤਿਰ ਕੇ ਲੱਚਰਾਂ ਦੇ ਬਹਿਕਾਵੇ ਵਿੱਚ ਆਉਣ ਵਾਲੀ ਨਹੀਂ। ਜਿਹੜਾ ਤੂੰ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਮੈਂ ਪੰਜਾਬੀ ਸੱਭਿਆਚਾਰ ਦਾ ਸੇਵਾਦਾਰ ਹਾਂ, ਤੂੰ ਸੇਵਾਦਾਰ ਨਹੀਂ, ਤੂੰ ਵਪਾਰੀ ਆ, ਤੂੰ ਵਪਾਰ ਕੀਤਾ ਹੁਣ ਤੱਕ ਪੰਜਾਬੀ ਭਾਸ਼ਾ ਦਾ, ਬਿਜ਼ਨਸ ਕੀਤਾ ਅਤੇ ਉਸੇ ਬਿਜ਼ਨਸ ਦਾ ਖੱਟਿਆ ਖਾਧਾ, ਪਰਿਵਾਰ ਬਣਾਇਆ, ਪੈਸੇ ਬਣਾਏ, ਜਾਇਦਾਦਾਂ ਬਣਾਈਆਂ, ਪਰ ਅੱਜ ਤੈਨੂੰ ਪੰਜਾਬੀ ਭਾਸ਼ਾ ਮਾੜੀ ਲੱਗਣ ਲੱਗ ਗਈ। ਇੱਕ ਮਿੰਟ ਤੂੰ ਕਹਿੰਦਾ ਕਿ ਹਰ ਭਾਸ਼ਾ ਸਿੱਖੋ, ਸਿੱਖਣੀ ਵੀ ਚਾਹੀਦੀ, ਜੇ ਤੈਨੂੰ ਇੰਨਾ ਪਤਾ ਸਿੱਖਣੀ ਚਾਹੀਦੀ ਆ, ਜੇ ਇਸ ਭਾਸ਼ਾ ਦੇ ਨਾਂ 'ਤੇ ਤੂੰ ਸਾਰੀ ਉਮਰ ਰੋਟੀ ਖਾਧੀ, ਅੱਜ ਤੈਨੂੰ ਉਹ ਭਾਸ਼ਾ ਬੱਤੀਆਂ ਲੈਣ ਵਾਲੀ ਗੱਲ ਕਰਨ ਲੱਗ ਗਿਆ ਤੂੰ, ਹੁਣ ਪੰਜਾਬੀਆਂ ਨੂੰ ਕਹਿੰਦਾ ਕਿ ਬੱਤੀਆਂ ਲੈ ਲਓ, ਸ਼ਰਮ ਆਉਣੀ ਚਾਹੀਦੀ ਸੀ ਤੈਨੂੰ ਇਹ ਗੱਲ ਕਹਿਣ ਤੋਂ ਪਹਿਲਾਂ। ਜਿਹੜਾ ਹਰਜੀ ਹੰਕਾਰ ਨਾ ਭਾਵੇ, ਤੇਰੇ ਅੰਦਰ ਬੜਾ ਹੰਕਾਰ ਸੀ, ਉਹ ਮਹਾਰਾਜ ਨੇ ਹੰਕਾਰ ਤੇਰਾ ਭੰਨਿਆ ਅਤੇ ਤੇਰਾ ਭੱਜਣਾ। ਸੋ ਸਾਡਾ ਵਿਰੋਧ ਕਰਨ ਦਾ ਕਾਰਨ ਅਸੀਂ ਭਗਤ ਪੂਰਨ ਸਿੰਘ ਜੀ ਦੇ ਯਾਦਗਾਰੀ ਗੇਟ ਦਾ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ, ਬੜਾ ਚੜ੍ਹਦੀ ਕਲਾ ਵਾਲਾ ਕਾਰਜ ਆ, ਪਰ ਇਹੋ ਜਿਹੇ ਲੱਚਰਾਂ ਦੇ ਕੋਲੋਂ ਉਦਘਾਟਨ ਕਰਾਉਣਾ, ਕਿਤੇ ਨਾ ਕਿਤੇ ਭਗਤ ਪੂਰਨ ਸਿੰਘ ਜੀ ਸ਼ਖਸੀਅਤ ਨੂੰ ਢਾਲ ਆਉਣਾ। ਪ੍ਰਬੰਧਕ ਕਮੇਟੀਆਂ ਨੂੰ, ਪ੍ਰਬੰਧਕਾਂ ਨੂੰ ਚਾਹੀਦਾ ਸੀ ਕਿ ਇੱਥੇ ਗੁਰਮਤਿ ਸਮਾਗਮ ਕੀਤਾ ਜਾਂਦਾ, ਕੁਕਵਿਚਰੀਆਂ ਰਾਗੀ ਢਾਡੀ ਕਿਰਤਰੀ ਕਥਾ ਆਵਾਜ਼ ਗਾਉਂਦੇ ਗੁਰਮਤਿ ਦਾ ਪ੍ਰਚਾਰ ਹੁੰਦਾ, ਭਗਤ ਪੂਰਨ ਸਿੰਘ ਜਿਹੜੀ ਸ਼ਖਸੀਅਤ ਸੀ ਉਹਨੂੰ ਉਭਾਰਿਆ ਜਾਂਦਾ, ਨਾ ਕਿ ਉਹ ਜਿਹੇ ਲੱਚਰਾਂ ਨੂੰ ਸੱਦ ਕੇ ਲੱਚਰਤਾ ਕਰਵਾਈ ਜਾਂਦੀ। ਸੋ ਸਾਡਾ ਵਿਰੋਧ ਉਸ ਗੁਰਦਾਸ ਮਾਨ ਨਾਂ ਦੇ ਸਿੰਗਰ ਨੂੰ ਆ, ਜਿਸ ਬੰਦੇ ਨੇ ਪੰਜਾਬੀ ਭਾਸ਼ਾ ਦੇ ਨਾਂ 'ਤੇ ਸਾਰੀ ਉਮਰ ਰੋਟੀਆਂ ਸੇਕੀਆਂ, ਅੱਜ ਜਦੋਂ ਪੰਜਾਬੀ ਭਾਸ਼ਾ ਨਾਲ ਖੜ੍ਹਨ ਦੀ ਗੱਲ ਆਈ, ਗੁਰਮੁਖੀ ਨਾਲ ਖੜ੍ਹਨ ਦੀ ਗੱਲ ਆਈ, ਉਹ ਪਿੱਠ ਵਿਖਾ ਗਿਆ, ਉਹ ਗਦਾਰ ਬਣ ਗਿਆ। ਅਸੀਂ ਉਹ ਜਿਹੇ ਗਦਾਰ ਬੰਦੇ ਨੂੰ ਨਹੀਂ ਚਾਹਵਾਂਗੇ ਕਿ ਉਹ ਕਿਤੇ ਵੀ ਆ ਕੇ ਕਿਸੇ ਵੀ ਪ੍ਰੋਗਰਾਮ 'ਚ ਸ਼ਮੂਲੀਅਤ ਕਰੇ, ਜਾਂ ਉਹ ਇਹੋ ਜਿਹੇ ਚੜ੍ਹਦੀ ਕਲਾ ਦੇ ਸਮਾਗਮਾਂ ਦਾ ਉਦਘਾਟਨ ਕਰੇ ਜਾਂ ਸ਼ਮੂਲੀਅਤ ਕਰੇ। ਸੋ ਸਾਡਾ ਵਿਰੋਧ ਜਾਰੀ ਆ, ਅਸੀਂ ਜਿੰਨਾ ਚਿਰ ਤੱਕ ਵੀ ਸਾਡੇ ਮਹਾਰਾਜ ਸਾਡੇ ਕੋਲ ਸੇਵਾ ਲੈਣਗੇ, ਸਮੂਹ ਸਿੱਖ ਨੌਜਵਾਨ ਜਥੇਬੰਦੀਆਂ ਜਿਹਦੇ ਵਿੱਚ ਜਥਾ ਸਿਰਤ ਖਾਲਸਾ, ਜਥਾ ਹਿੰਦੇ ਖਾਲਸਾ, ਸਰਕਾਰ ਕਮੇਟੀਆਂ, ਫੈਡਰੇਸ਼ਨ ਆ, ਨੌਜਵਾਨ ਜਿਹੜੇ ਸਾਰੇ ਨੇ ਆਪੋ ਆਪਣੇ ਪੱਧਰ 'ਤੇ ਪਹੁੰਚੇ ਨੇ, ਪਹੁੰਚ ਰਹੇ ਨੇ। ਸਾਡਾ ਵਿਰੋਧ ਗੁਰਦਾਸ ਮਾਨ ਨਾਲ ਆ, ਸਾਡਾ ਵਿਰੋਧ ਇਸ ਯਾਦਗਾਰੀ ਗੇਟ ਦੇ ਨਾਲ ਨਹੀਂ, ਬਹੁਤ ਚੜ੍ਹਦੀ ਕਲਾ ਦਾ ਕਾਰਜ ਹੋਣੇ ਚਾਹੀਦੇ ਨੇ, ਸੰਤਾਂ ਮਹਾਂਪੁਰਖਾਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ, ਪਰ ਘੱਟੋ ਘੱਟ
ਇਹ ਵੇਖਿਆ ਜਾਵੇ ਵੀ ਜਿਹੜੇ ਇਹੋ ਜਿਹੇ ਵਿਵਾਦਕ ਚਿਹਰੇ ਨੇ, ਹੰਕਾਰੇ ਹੋਏ ਬੰਦੇ ਜਿਨ੍ਹਾਂ ਨੇ ਰੋਟੀਆਂ ਖਾਧੀਆਂ ਸਾਰੀ ਉਮਰ, ਰੋਟੀਆਂ ਸੇਕੀਆਂ ਸਾਰੀ ਉਮਰ, ਸੱਦ ਕੇ ਕਿਤੇ ਨਾ ਕਿਤੇ ਸ਼ਖਸੀਅਤ ਨੂੰ ਢਾਹ ਲਾਉਣੀ ਗੱਲ ਆ, ਸੋ ਨਹੀਂ ਸੀ ਲਾਉਣੀ ਚਾਹੀਦੀ। ਇਹਦੇ ਵਾਸਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਅਤੇ ਵਿਰੋਧ ਕਰ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ, 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 ਸਤਨਾਮ ਵਾਹਿਗੁਰੂ, ਸਤਨਾਮ।